जी सत श्री अकाल जी। आ देखो बच्चियों नूं दुध पिलाउण जा रहे हैं। आ टैंपरेचर ते मशीन लाई हुई आ, इह टैंपरेचर जद वधूगा उदों पिलावांगे। हुण आ होर दिखाउने आ तुहानूं, आ मशीन है इहदे विच दुध आ ते आ बच्चियां दा। आ बई जी उह आपणे वी 2 महीने तक जरूर पिलाउणी आ, खिलाउणी आ बच्चियां नूं। इहदे नाल कैल्शियम दी घाट सारी पूरी हो जांदी आ। इह सवेरे दुध तों पहलां इह जरूर माड़ी जी खिलाउणी पैंदी आ बई जी। इहनां सारा कैल्शियम दी घाट जिन्ने वी कोई घाट घूट आ सारी पूरी हो जांदी आ जानवर दी। ਬੱਚੀਆਂ ਦਿਨਾਂ 'ਚ ਪਲ ਜਾਂਦੀਆਂ ਨੇ ਬਾਈ, 3 ਮਹੀਨਿਆਂ ਦੇ ਵਿੱਚ ਬਾਈ ਜੀ ਬੱਸੀਆਂ ਪੂਰੀ ਰੈਡੀ ਹੋ ਜਾਂਦੀਆਂ ਨੇ। ਚਲੋ ਹੁਣ ਤੁਹਾਨੂੰ ਗਾਹਾਂ ਦਿਖਾਉਂਦੇ ਹਾਂ ਜੀ। ਆਹ ਦੇਖੋ ਆਹ ਫੀਡ ਪਈ ਆ, ਆਹ ਸਾਰੀ ਫੀਡ ਆ, ਇਹ ਬੱਚਿਆਂ ਲਈ ਹੋਈ ਆ ਸਾਰੀ ਇਹ। ਆਹ ਦੇਖੋ ਬੀਟਾ ਫੋਰਟ ਦੀ ਫੀਡ ਆ, ਆਹਦੇ ਸੁੱਕਾ ਦੁੱਧ ਦਿਖਾ ਦਿਓ। ਆਹ ਸੁੱਕਾ ਦੁੱਧ ਆ ਬਾਈ ਜੀ, ਆਹ ਦੇਖੋ ਆਹ ਆਪਣਾ ਸੁੱਕਾ ਦੁੱਧ ਆ ਜੀ। ਇਹ ਦੁੱਧ ਦੇ ਵਿੱਚ ਰਲਾ ਕੇ ਪਾਉਣਾ ਵਾ, ਇਹ ਪਾਉਣਾ ਜੀ ਸੁੱਕਾ ਦੁੱਧ। ਇੱਕ ਬੱਸੀ ਨੂੰ ਹੈਗਾ 2 ਕਿਲੋ ਜੀ ਸੁੱਕਾ ਦੁੱਧ। ਇਹ ਹੰਗਰੀ ਦੇ ਵਿੱਚ ਆ ਬਾਈ ਜੀ, ਯੂਰਪ ਹੰਗਰੀ 'ਚ। ਫਿਰ ਤੁਹਾਨੂੰ ਦਿਖਾਉਂਦੇ ਹਾਂ ਬੱਚਿਆਂ ਦੁੱਧ ਪਿਲਾਉਂਦੇ ਹਾਂ। ਆਹ ਚੱਲੀ ਮਸ਼ੀਨ, ਬੱਚਿਆਂ ਨੂੰ ਦੁੱਧ ਪਿਲਾਉਂਦੇ ਹਾਂ ਹੁਣ। ਆ ਜਾਓ ਜੀ ਤੁਹਾਨੂੰ ਦਿਖਾਉਂਦੇ ਆ ਜੀ, ਆ ਜਾਓ। ਇਹ ਸਾਰੀਆਂ ਬੱਚੀਆਂ ਅੱਡ ਰੱਖੀਆਂ ਹੁੰਦੀਆਂ ਨੇ ਖਾਨਿਆਂ ਦੇ ਵਿੱਚ, ਇਹਨਾਂ ਨੂੰ ਅੱਡ ਇੱਥੇ ਸਵੇਰ ਸ਼ਾਮ ਦੁੱਧ ਪਿਲਾਉਂਦੇ ਆ। ਜਦ ਬੈੜੀ ਸੂ ਜਾਂਦੀ ਹੈ ਜਦੀ ਬਸ ਅੱਡ ਕਰ ਦਿੰਦੇ ਆ ਬੱਚਿਆਂ ਨੂੰ। ਆਹ ਦੇਖੋ ਆਹ ਦੇਖੋ ਇਹਦੇ ਵਿੱਚ ਦੁੱਧ ਪਾਤਾ। ਆਹ ਦੇਖੋ ਜੰਮਦਾ ਬੱਚਾ, ਇਹਨਾਂ ਨੇ ਦੇਖ ਲਓ ਕੁਛ ਦਿਨਾਂ ਦਾ ਹੀ ਆ ਜੀ। ਇਹ 'ਚ ਦੁੱਧ ਪਾਤਾ ਇਹਨਾਂ ਨੂੰ। ਆਹ ਦੇਖੋ ਇਹਦੇ ਵਿੱਚ ਬਸ ਦੁੱਧ ਪਾਈ ਜਾਣਾ ਵਾ, ਮਸ਼ੀਨ ਚੱਲਦੀ ਆ। ਆਹ ਬਟਨ ਦੱਬ ਦੇਣਾ ਇੱਧਰੋਂ, ਇੰਨਾ ਇੰਨਾ ਬਸ ਦੁੱਧ ਪਾਉਣਾ ਇਹਨਾਂ ਨੂੰ। ਆਹ ਦੇਖੋ ਬੱਚੇ ਦੁੱਧ ਪੀਂਦੇ ਆ ਇਹ। ਆਹ ਦੇਖੋ ਜੰਮਦੇ ਇਹਨਾਂ ਨੇ ਬੱਚੇ ਅੱਡ ਕਰ ਦਿੰਦੇ ਆ। ਆਹ ਦੇਖੋ ਇਹਦੇ ਵਿੱਚ ਦੁੱਧ ਪਾ ਦੇਣਾ ਮਸ਼ੀਨ। ਆਹ ਦੇਖੋ ਨਾ ਭੋਰਾ ਕ ਬੱਚਾ ਅਜੇ ਦੇਖ ਲਓ ਪਾਉਣਾ ਇੰਨਾ ਇੰਨਾ ਕੀ ਆ ਬਸ ਇਹਨਾਂ ਨੂੰ। ਸਵੇਰ ਸ਼ਾਮ ਫੀਡ ਜੀ ਇੱਕ ਪਾਉਂਦੇ ਹੁੰਦੇ, ਦੁੱਧ ਪਾਉਂਦੇ ਹੁੰਦੇ ਆ। ਇਹ ਸਾਰੇ ਬੱਚੇ ਨੇ ਇੱਧਰ ਜੋ ਬੱਚੀਆਂ ਅੱਡ ਰੱਖਦੇ ਆ, ਪਰਾਲੀ ਪਾਉਂਦੇ ਆ ਜ਼ਰੂਰ ਥੱਲੇ। ਰੋਜ਼ ਪਰਾਲੀ ਬਦਲਦੇ ਆ ਇਹਨਾਂ ਦੇ ਥੱਲੇ। ਆਹ ਖਾਨਿਆਂ ਦੇ ਵਿੱਚ ਦੇਖੋ, ਇਹ ਠੰਡ ਚਾਹੇ ਹੋਵੇ ਗਰਮੀ ਹੋਵੇ ਇੱਕ ਨਹੀਂ ਇੱਥੇ ਹੀ ਬੈਠੇ ਰਹਿੰਦੇ ਆ ਇਹ। ਹੰਗਰੀ 'ਚ ਬਾਈ ਜਾਓ, ਸਾਰੇ ਹੰਗਰੀ 'ਚ ਆਓ। ਹੋਰ ਦੇਸ਼ਾਂ ਨਾਲ ਪੰਗੇ ਲੈਣ ਨਾਲ ਉਹਨਾਂ ਨੇ ਇੰਨੇ ਇੰਨੇ ਰੁਪਈਏ ਲਾਉਣੇ ਆ। 5.5 ਲੱਖ ਰੁਪਈਆ ਲੱਗਦਾ ਇੱਥੇ, ਵਧੀਆ ਤਨਖਾਹ, 40-50 ਹਜ਼ਾਰ ਰੁਪਏ ਨੇ ਫਾਰਮ 'ਚ ਰਹਿ। ਬਾਕੀ ਤੁਹਾਨੂੰ ਫਾਰਮ ਅਸੀਂ ਗਾਹਾਂ ਵਾਲੇ ਬਲੌਕ 'ਚ ਦਿਖਾਉਂਦੇ ਹਾਂ ਬਾਈ ਜੀ, ਆ ਜਾਓ। ਆਹ ਬੱਚਾ ਬਾਹਰ ਨਿਕਲ ਗਿਆ ਜੀ, ਨਾ ਜੰਮਦਾ ਦੇਖ ਲਓ, ਇਹ ਅੱਡ ਕਰਤਾ ਗਾਂ ਦੇ ਨਾਲ। ਆਹ ਫਾਰਮ ਆ ਬਾਬੇ ਉਹ ਦੇਖ ਲਓ ਹੰਗਰੀ ਦੇ ਵਿੱਚ, ਇਹ ਗਾਵਾਂ ਦਾ ਫਾਰਮ ਆ ਸਾਰਾ ਇਹ ਫਾਰਮ ਆ। ਇੱਧਰ ਬੱਚੀਆਂ ਸੂੰਦੀਆਂ ਨੇ, ਜਿਵੇਂ ਜਿਹੜੀਆਂ ਬੈੜੀਆਂ ਹੁੰਦੀਆਂ ਨੇ ਗਾਵਾਂ, ਇੱਧਰ ਸੂੰਦੀਆਂ ਨੇ। ਇਹ ਉਹ ਏਰੀਆ ਜਿਹੜਾ ਉਹ ਪਰਲੇ ਪਾਸੇ ਏਰੀਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਉੱਧਰ ਚੋਣ ਨੂੰ ਆ ਜਿਹੜੀਆਂ ਜਿੱਧਰ ਚਵਾਈ ਹੁੰਦੀ ਆ ਗਾਵਾਂ ਦੀ, ਇਹ ਉਹ ਆ ਉੱਧਰ ਸਾਰੀ ਚਵਾਈ ਹੁੰਦੀ ਆ ਗਾਵਾਂ ਦੀ। ਇੱਧਰ ਸੂਣ ਖਾਣ ਵਾਲੀਆਂ ਜਿਹੜੀਆਂ ਬੈੜੀਆਂ ਹੁੰਦੀਆਂ ਨੇ ਗਾਵਾਂ, ਇੱਧਰ ਸੂੰਦੀਆਂ ਨੇ ਉਹ। ਆਹ ਟਰੈਕਟਰ ਦੇਖੋ ਬਾਈ, ਪੁਰਾਣੇ ਤੋਂ ਪੁਰਾਣਾ ਟਰੈਕਟਰ ਵੀ ਪਿਆ ਇੱਥੇ, ਜੇ ਜਿੰਨਾ ਪੁਰਾਣਾ ਬਾਈ ਲਾਰਸ ਆਪਣੇ ਇੰਡੀਆ 'ਚ ਦੇਖਣ ਨੂੰ ਨਹੀਂ ਮਿਲਦੇ। ਦੇਖ ਲਓ ਪੁਰਾਣੇ ਤੋਂ ਪੁਰਾਣਾ ਟਰੈਕਟਰ ਸਾਂਭੀ ਬੈਠਿਆ ਬਾਈ ਇਹਦੇ ਨਾਲ। ਦੇਖ ਲਓ ਇੱਥੇ ਸਾਰਾ ਕੰਮ ਹੁੰਦਾ ਫਾਰਮ ਦੇ ਵਿੱਚ, ਤੱਕੜ ਨੇ ਬਾਈ ਪੂਰੇ ਟਰੈਕਟਰ। ਵੱਡੇ ਤੋਂ ਵੱਡਾ ਟਰੈਕਟਰ ਵੀ ਪਿਆ ਇੱਥੇ, ਜੌਨ ਡੀਅਰ ਤੋਂ ਜਿਹੜੇ ਵੱਡੇ ਤੋਂ ਵੱਡਾ ਮਾਡਲ ਆ, ਉਹ ਵੀ ਤੁਹਾਨੂੰ ਦਿਖਾਵਾਂਗੇ। ਆਹ ਦੇਖੋ ਜੀ ਆਹ ਹੁਣ ਇੱਧਰ ਬੱਚੀਆਂ ਨੇ ਸਾਰੀਆਂ, ਇਹਨਾਂ ਨੂੰ ਇੱਧਰ ਦੁੱਧ ਪਿਲਾਉਣਾ ਵਾ, ਉੱਧਰ ਬੱਚੇ ਅੱਡ ਹੁੰਦੇ ਆ। ਆਹ ਮਸ਼ੀਨ ਆ ਦੇਖ ਲਓ, ਇਹ ਆਟੋਮੈਟਿਕ ਆ ਸਾਰੀ। ਆਹ ਖਾਨੇ ਨੇ, ਇਹਨਾਂ ਦੇ ਵਿੱਚ ਤਾੜ ਦਿੰਦੇ ਆ, ਇਹਨਾਂ ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ, ਬਰਫ਼ ਪੈਂਦੀ ਇੱਥੇ ਮਾਈਨਸ 'ਚ ਟੈਂਪਰੇਚਰ ਚਲੇ ਜਾਂਦਾ, ਅਸੀਂ ਬੈਠੇ ਰਹਿੰਦੇ ਆ। ਦੇਖ ਲਓ ਇਹ ਬੱਚੇ, ਇਹ ਖੁਰਾਕ ਦੇ ਸਿਰ 'ਤੇ ਨੇ ਬਾਈ ਸਾਰੇ, ਦੇਖ ਲਓ ਪਲ ਜਾਂਦੇ ਆ। 8 ਕਿਲੋ ਦੁੱਧ ਬਾਈ ਜੀ ਦਿਹਾੜੀ ਦਾ ਇਹਨਾਂ ਨੂੰ ਪੈਂਦਾ ਵਾ, ਦੇਖ ਲਓ ਸਵੇਰ ਸਵੇਰੇ ਅਤੇ 4 ਸ਼ਾਮ ਨੂੰ ਦੇਖ ਲਓ ਜੰਮਦੀ ਆ ਜੀ ਉਹਨਾਂ ਨੂੰ। 15 ਦਿਨ 2-2 ਕਿਲੋ ਰਹਿੰਦਾ ਬਾਈ, ਉਦੋਂ ਬਾਅਦ 8-8 ਕਿਲੋ ਹੋ ਜਾਂਦਾ ਜੀ ਦਿਹਾੜੀ ਦਾ ਜੀ। ਪਹਿਲਾਂ 4 ਕਿਲੋ ਹੁੰਦਾ ਜੀ ਦੋ ਟਾਈਮ ਦਾ ਬਾਈ। ਕਨੇਡਾ ਕਨੂਡਾ ਨਾਲ ਰੁਪਈਏ ਲਾਉਣ ਨਾਲ 25-25 ਲੱਖ ਲੋਕ ਲਾਉਂਦੇ ਆ, ਨੈਣ ਤਾਂ ਮਿਲਦੇ ਆ ਧੋਖੇ। ਇੱਥੇ ਆਓ ਵਧੀਆ, 5-6 ਲੱਖ 'ਚ ਬੰਦਾ ਪਹੁੰਚ ਜਾਂਦਾ ਇੱਥੇ।
अपने घरे हुंदे आ पिंड हुंदे आ काम भी जिवें गावां गूवां दे काम चल खेती दा काम हुंदा इहो जे काम ने आ देखो जिहड़े थोड़े जिहे पल जांदे आ उह बच्चियां ने इह भी तुहानूं दिखाउणे आ आ देखो आ वह बड़िया बच्चिया आ जाए ने इधर आ जाए जो थोड़िया बड़िया हो गई इधर छड़ देनिया ने आ दे लो आ पाँदे ये मक्की का पाँदे ये सारा दाणा दूना पलिया पे देख लो इधर ने ये जड़िया फिर बड़िया आ फिर परे चले जाए ने उधर तीजे डंग चौथे डंग जी पीण लग जांदे दुध उदूगा जी चलो बाकी थोनू ठंड पैंदी वधिया देश आ वधिया रुपये बनदे आ थोनू दसांगे अगे वाली वीडियो च लाइक करियो बाई वीडियो नू जरूर शेयर करियो अगे तो अगे धन्यवाद सत श्री अकाल।